ਕਿੱਦਾਂ ਬਈ ਸਾਰੇ ਸਤਿ ਸ੍ਰੀ ਅਕਾਲ ਸਭ ਨੂੰ ਅੱਜ ਆਪਾਂ ਤੁਹਾਨੂੰ ਆਪਣੇ ਵਲੌਗ 'ਚ ਕੁਛ ਨਵਾਂ ਦਿਖਾਵਾਂਗੇ ਗੈਸ ਕਰੋ ਅੱਜ ਆਪਾਂ ਕਿੱਥੇ ਚੱਲਦੇ ਹਾਂ ਵੈਸੇ ਤਾਂ ਪਤਾ ਲੱਗੇ ਜਾਣਾ ਟਾਈਟਲ ਤੋਂ ਚਲੋ ਫਿਰ ਵੀ ਪੁੱਛ ਲੈਂਦੇ ਹਾਂ ਆਪਾਂ ਚੱਲੇ ਹਾਂ ਗਾਈਜ਼ ਨਿਊਯੋਰਕ ਤਿਆਰ ਹੋਈਏ ਟਾਈਮ ਹੋ ਗਿਆ ਲੋ ਗਾਈਜ਼ ਆਪਾਂ ਹੋ ਗਏ ਤਿਆਰ ਫਿਰ ਜਾਣ ਲਈ ਆਪਾਂ ਹੋ ਗਏ ਰੈਡੀ ਅਤੇ ਬਸ ਹਾਂ ਫੁੱਲ ਟਾਈਮ 'ਚ ਨਿਕਲ ਜਾਣਾ ਦੇਖੋ ਫਿਰ ਲੁੱਕ ਚੈੱਕ ਕਰਾਉਣ ਲਈ ਨਿਊਯੋਰਕ ਵਾਸਤੇ ਸਾਰੇ ਰੈਡੀ ਹੈ ਮੇਰਾ ਭਰਾ ਨਾਲ ਮਿਲਦੇ ਹਾਂ ਹੁਣ ਜਾ ਕੇ ਸਿੱਧਾ ਫਲਾਈਟ 'ਚ ਲੱਗ ਰਿਹਾ ਮਿਨੀ ਕਰਨ ਵੇਲਾ ਅੱਜ ਚੈੱਕ ਕਰੋ ਆਪਣੇ ਟੇਚੀ ਅਤੇ ਆਂਟੀ ਸਤਿ ਸ਼੍ਰੀ ਅਕਾਲ ਜੀ ਉਹ ਇਹਦਾ ਕਵਰ ਨਹੀਂ ਹੈਗਾ ਓਏ ਕਵਰ ਵੀ ਡੱਬੀ ਹੈ ਇਹੋ ਜਿਹੀ ਹੈ ਨਾ ਫਿਰ ਮੈਂ ਥੋੜ੍ਹੀ ਨਹੀਂ ਕਰ ਸਕਦਾ ਤੇ ਉਹ ਸਾਨੂੰ ਕਹਿਵੇ ਜਿਵੇਂ ਵੀ ਇਹਨੇ ਕਿਹਾ ਵੀ ਪਹਿਲਾਂ ਲਿਆ ਮੇਰੇ ਆਈਫੋਨ 15 ਜੋ ਹੈ ਉਹ ਉਸ ਮੇਂ ਫਰੈਂਡ ਆ ਸਾਨ ਫ੍ਰਾਂਸਿਸਕੋ ਚਲੇ ਹਾਂ ਬਈ ਅਬ ਤੋ ਅਫਗਾਨ ਮਿਲਦੇ ਹਾਂ 에어ਪੋਰਟ ਤੇ ਜਾ ਕੇ ਜਿਹੜਾ ਆਪਣਾ ਡਰਾਈਵਰ ਸੀ ਉਹ ਵੀ ਅਫਗਾਨਿਸਤਾਨ ਦਾ ਤੇ ਹਿੰਦੀ ਸਮਝਦਾ ਉਹ ਰਾਤ ਨੂੰ ਐਨਕ ਲਾ ਕੇ ਬੈਠੇ ਚੈੱਕ ਅਫਗਾਨਿਸਤਾਨ ਦੀ ਟੀਮ ਬਹੁਤ ਅੱਛੀ ਟੀਮ ਹੈ ਭਾਈ ਚਾਰ ਲੈ ਰਾਤ ਨੂੰ ਕਿਤੇ ਡਾਕਟਰ ਸਾਹਿਬ ਆ ਰਾਤ ਨੂੰ ਸਿੱਧੂ ਮੂਸੇਵਾਲਾ ਬਣਿਆ ਪਿਆ ਇਸ ਦੀ ਗੱਲ ਆ ਗਏ ਮਿੱਤਰੋ ਆਪਾਂ 에어ਪੋਰਟ ਤੇ ਸੈਨ ਫ੍ਰਾਂਸਿਸਕੋ ਚੈੱਕ ਕਰੋ ਹਾਂਜੀ ਲੱਗ ਰਿਹਾ ਰੇਲਵੇ ਸਟੇਸ਼ਨ ਤੇ ਆਇਆ ਹੋਇਆ ਸਾਡਾ ਭਰਾ ਬੇਇੱਜ਼ਤੀ ਨਹੀਂ ਮੋਟੀਵੇਟ ਕਰ ਰਹੇ ਨੂੰ ਜੀ ਆਪਾਂ ਖੜੇ ਆਪਾਂ ਹੈਗੇ ਹਾਂ ਸੈਨ ਫ੍ਰਾਂਸਿਸਕੋ 에어ਪੋਰਟ ਤੇ ਕਿਹਨੇ ਮੈਸੇਜ ਕਰਿਆ ਅੱਗੇ ਫਿਰ ਮਿਲਦੇ ਚਲੋ ਜਹਾਜ਼ 'ਚ ਆਈ ਮੀਨ ਪਲੇਨ 'ਚ ਥੋੜੀ ਇੰਗਲਿਸ਼ ਮਾਰ ਮੇਰੀ ਗੱਲਾਂ ਵੀਰ ਤੂੰ ਕਿੱਥੇ ਕਿੱਥੇ ਕਰ ਰਿਹਾ ਯੂ ਡੋਂਟ ਨੋ ਆਪਾਂ ਮਿਲਦੇ ਹਾਂ ਮੇਰਾ ਵੀ ਬਣਾਈ ਚੈਨਲ ਹੈ ਪੱਪ ਵੀ ਕਰਾਏ ਨਾ ਨਾ ਦੇਖ ਆਪਣਾ ਹੀ ਹੈ ਵੀਰ ਤੂੰ ਆਪਣਾ ਹੀ ਸਮਝ ਜਦ ਤੱਕ ਤੂੰ ਆਪਣਾ ਨਹੀਂ ਸਮਝਦਾ ਨਾ ਮੇਰੀ ਚੀਜ਼ ਓਏ ਬਸ ਆਇਓ ਹੁਣ ਕਿੰਨੀ ਦੂਰ ਆ ਆਪਾਂ ਤਾਂ ਬਹੁਤ ਦੂਰ ਆ ਓ ਯਾਰ ਉੱਥੇ ਵੀ ਤਾਂ ਇਹ ਚੀਜ਼ ਪੈਂਦਾ ਨਾ ਇੱਥੇ ਪਹੁੰਚਣਾ ਆਹਾ ਉਹੀ ਚੀਜ਼ ਦਿਖਣੀ ਇਹ ਚੀਜ਼ ਦਿਖਣੀ ਆਪਾਂ ਜਾ ਰਹੇ ਹਾਂ ਉਸ ਚੱਕਰ ਮਾਰ ਦਿੰਦੇ ਆ ਅੱਗੇ ਤੁਹਾਨੂੰ 에어ਪੋਰਟ ਦਿਖਾਉਂਦੇ ਹਾਂ ਚਲੋ ਹੌਲੀ ਹੌਲੀ ਚੈੱਕ ਕਰੋ ਇਹ ਹੈਗਾ ਸੈਨ ਫ੍ਰਾਂਸਿਸਕੋ ਦਾ 에어ਪੋਰਟ ਮੇਨ 에어ਪੋਰਟ ਇਹ ਪਾਇਲਟ ਜਾ ਰਿਹਾ ਮੈਂ ਸਾਰਿਆਂ ਨੂੰ ਰਿਕਾਰਡ ਕਰ ਰਿਹਾ ਮੈਨੂੰ ਵੀ ਕਰ ਲਿਆ ਵੀਰ ਮਾੜਾ ਜਿਹਾ ਰਿਕਾਰਡ ਔਰ ਕੋਸਾ ਪਾਪ ਹੋਇਆ ਮੁਰੇ ਆ ਕੋਸਾ ਪਾਪ ਹੋਇਆ ਮੁਰੇ ਹੁਣ ਇਹ ਬਿਠਾ ਇਹ ਕਰਾਇਆ ਗੋਲ ਕੋਸਾ ਮੈਂ ਸਾਰਿਆਂ ਨੂੰ ਦਿਖਾਈ ਹੈ ਨਾ ਮੈਨੂੰ ਵੀ ਦਿਖਾ ਦਿਓ ਕੋਈ ਰਿਕਾਰਡ ਚੈੱਕ ਕਰਾ ਬਸ ਆਪਣਾ ਹੋ ਗਿਆ ਬੋਰਡਿੰਗ ਦਾ ਟਾਈਮ ਬਸ ਬੋਰਡਿੰਗ ਦਾ ਟਾਈਮ ਹੋ ਗਿਆ ਇਹ ਵੀ ਲੇਟ ਲਾਸਟ ਹੀ ਹੋਣਾ ਬੋਰਡਿੰਗ ਦਾ ਟਾਈਮ ਹੋ ਗਿਆ ਵੀਰੇ ਆਰ ਯੂ ਰੈਡੀ ਬ੍ਰੋ ਇਟਸ ਮਾਈ ਫਲਾਈਟ ਟਾਈਮ ਗਾਇਸ ਆਇਆ
लोग मित्रों बैठ गए बाजार चेक करो इधरला अजय खिड़िया नहीं गया खिड़ूंगा हेलो मैं क्या वो बंदे मैं क्या आ रहे हैं मैं क्या आ रहे हैं तेरे ब्याह ते कर देना किसी ने बिना दसी सरप्राइज गिफ्ट मार दिया ना जो भी है ना मेरे फोन शेयर कर दी जो भी वीडियो अगर चाय वाला है चाय वाला ढाई साल बाद जहाज बैठन का है बहुत टाइम हो गया ना अमेरिका मैं यूट्यूब ते चाड़ देना तेरा कोई इन्हें तो असि बिना हवा जी पतंग उड़ा दिए तो फिर भी टायर वाला जा रहा एक नॉर्मल वीडियो भी बनाई वो तो फिर अपने को खुला टाइम है जहाज च बनावा दिन चढ़िया होगा साइडा बत्तल दिखेंगे वो तो फिर लग गया ना चेक कर फिर तेरा हो गया कितने योग नहीं है चेक करो
ਸੁਣ ਸੀਟ ਤੇ ਗਿਰਿਆ ਮੇਰੇ ਪਾ ਦਿੱਤਾ ਰੱਖੀ ਦੂਜੀ ਸੀਟ ਤੱਕ ਇਕਨੋਮੀ ਕਲਾਸ ਵਾਲੇ ਜੀ ਬਿਜ਼ਨਸ ਕਲਾਸ ਵਾਲੀ ਵੀ ਲਈ ਪਿਆ ਓਏ ਹੋਏ ਲੱਤਾਂ ਹੀ ਫਸ ਗਿਆ ਸਭ ਉਹ ਸਿੱਧਾ ਵੀ ਪਰੇਸ਼ਾਨ ਕਰ ਰਿਹਾ ਵੀ ਜੇ ਦੂਜੀ ਬਣ ਨਹੀਂ ਰਹੀ ਯਾਰ ਸੈਟਿੰਗ ਕਿਤੇ ਨੂੰ ਵੀ ਨਹੀਂ ਆ ਰਿਹਾ ਬੈਠ ਕੇ ਜਾਣਾ ਪੈਣਾ ਬੈਠ ਕੇ ਜਾਣਾ ਪੈਣਾ ਵੀ ਸੌ ਤਾਂ ਹੋਣਾ ਨਹੀਂ ਆਪਣੇ ਤੋਂ ਫਿਰ ਤੂੰ ਆਈ ਗੱਲ ਤਾਂ ਮੈਨੂੰ ਲਗੜਦੀ ਅੱਗੇ ਤੂੰ ਕਰੀ ਗਿਆ ਹੋਏ ਹੋਏ ਐਟਮ ਹੀ ਲੱਗ ਰਹੀ ਆ ਇੱਕ ਗੁੜ ਇੱਕ ਫਿੱਕਾ ਲੱਗ ਰਿਹਾ ਇੱਕ ਗੁੜਾ ਚੱਕਰ ਗਿਆ ਅੱਛਾ ਅੱਛਾ ਡਬਲ ਸ਼ੇਡਿਡ ਪਵਾਈ ਜਾਣਾ ਪੈਂਟ ਵੀ ਵਧੀਆ ਨਹੀਂ ਪਈ ਜਾਂਦਾ ਚੱਲ ਸੋ ਜਾ ਵੀਰ ਹੁਣ ਟਿੱਕੇ ਚਲੋ ਬਾਈ ਮਿਲਦੇ ਹਾਂ ਨਿਊਯਾਰਕ ਪਹੁੰਚ ਕੇ ਪਹੁੰਚਣ ਵਾਲੇ ਆ ਆਲਮੋਸਟ ਚੈੱਕ ਕਰੋ ਏਅਰਪੋਰਟ ਹੈ ਨਿਊਯਾਰਕ ਦਾ ਆਪਣਾ ਹੀ ਹੈ ਚੱਲ ਦੇਖੋ ਮੱਲ ਹੋਣ ਲੱਗਿਆ ਆਪਣਾ ਫਿਰ ਆਪਾਂ ਬਾਹਰ ਨਿਕਲ ਗਏ ਆਪਾਂ ਜਿੱਥੇ ਆਪਾਂ ਹੋਟਲ ਲਿਆ ਹੋਇਆ ਉੱਥੇ ਜਾਣਾ ਟਾਵਰ ਦੇ ਉੱਤੇ ਵਾਲਾ ਆਪਣਾ ਹੀ ਆ ਹਾਂ ਉਹ ਆਪਣਾ ਹੀ ਹੈ ਚੈੱਕ ਕਰੋ ਉਹ ਟਾਵਰ ਹੈ ਜਿਹੜਾ ਆਪਣਾ ਹੀ ਹੈ ਹੋਟਲ ਬਰਫੋ ਬਰਫੀ ਘਰੇ ਫੋਨ ਲੱਗਿਆ ਹੋਇਆ ਬਰਫੋ ਬਰਫੀ ਕੰਮ ਹੋਇਆ ਹੋਇਆ ਆਹੋ ਬਰਫ ਯਾਰ ਪਹਿਲੀ ਵਾਰ ਦੇਖੀ ਹੈ ਯੂ ਐਸ ਏ ਜਾ ਕੇ ਜਾਂਦੀ ਪਬਲਿਕ ਗੋਲੇ ਬਣਾ ਕੇ ਯੂ ਐਸ ਏ ਜਾ ਪਹਿਲੀ ਵਾਰ ਦੇਖੀ ਹੈ ਇੰਡੀਆ 'ਚ ਘੁੰਮਿਆ ਕੁਫਰੀ ਕੁਫਰੀ ਵਧੀਆ ਸ਼ਿਮਲਾ ਉਹਨੇ ਤਾਂ ਪਹਿਲੀ ਵਾਰ ਆਇਆ ਦੋ ਤਿੰਨ ਸੀਗੇ ਮੇਰੇ ਹਿਸਾਬ ਨਾਲ ਸ਼ਕਲਾਂ ਤਾਂ ਮੈਨੂੰ ਨਹੀਂ ਲੱਗਿਆ ਬਾਕੀ ਪਤਾ ਨਹੀਂ ਠੰਡ ਬਹੁਤ ਹੈ ਨਾ ਉਹਦੇ ਤਾਂ ਆਪਾਂ ਕੱਪੜਾ ਜਿਹੜਾ ਕੋਈ ਜ਼ਿਆਦਾ ਪਾਇਆ ਬਾਈ ਨਹੀਂ ਹਾਂਜੀ Good morning and welcome to New York's Kennedy Airport. You are in Terminal 8, baggage claim is carousel 7 on the first floor. Just follow the baggage claim sign. ਅਮੈਰੀਕਨ ਏਅਰਲਾਈਨ ਫੂਡ ਫਾਰਟ ਦਾ ਇੱਦਾਂ ਹੀ ਹੁਣ ਤਾਂ ਸਾਰੀਆਂ ਏਅਰਲਾਈਨਾਂ ਦਾ ਲਾਇਆ ਹਿਸਾਬ ਨੇ
ਇਹਦਾ ਵੀ ਇੱਦਾਂ ਹੀ ਸੀਗਾ ਗੱਡੀ 'ਚ ਭਰਿਆ ਨਹੀਂ ਦੇਖੀ ਹੁਣ ਬਾਹਰ ਨਿਕਲ ਕੇ ਖਾਈਏ ਕਿਤੇ ਢਾਬੇ ਢੁਬੇ ਵੀ ਆ ਰੈਸਟੋਰੈਂਟ ਦੇ ਪੰਜਾਬੀ ਇੰਡੀਅਨ ਅਤੇ ਚਲੋ ਠੀਕ ਆ ਮਿਲਦੇ ਹਾਂ ਬਾਅਦ ਆ ਕੰਫਰਟੇਬਲ ਹੁੰਦੀ ਆ ਦੂਜੀ ਨਾਲੋਂ ਆਪਣੀ ਓਵਰ ਬਿਜ਼ਨਸ ਕਲਾਸ ਥੋੜੀ ਹੋਰ ਜ਼ਿਆਦਾ ਠੰਡ ਹੈਗੀ ਆ ਨਜ਼ਾਰਾ ਆ ਗਿਆ ਠੰਡ ਦੇ ਕੇ ਬਹੁਤ ਵਧੀਆ ਸੀ ਯਾਰ ਮੈਂ ਹਮੇਸ਼ਾ ਬਿਜ਼ਨਸ ਕਲਾਸ 'ਚ ਟਰੈਵਲ ਕਰਦਾ ਤਾਂ ਹੀ ਪ੍ਰੈਫਰ ਵੀ ਇਹੀ ਕਰਦਾ ਮੈਂ ਭਰਾਵਾ ਠੰਡ ਹੀ ਬਹੁਤ ਹੈ ਤਾਂ ਮੈਂ ਪੰਗਾ ਲੈ ਲਿਆ ਠੰਡ ਜ਼ਿਆਦਾ ਆਈ ਠੰਡ ਬਹੁਤ ਜ਼ਿਆਦਾ ਹੋਈ ਮੇਰੇ ਤਾਂ ਦੰਦ ਕੰਬ ਰਹੇ ਠੰਡ ਬਹੁਤ ਜ਼ਿਆਦਾ ਦੰਦ ਕੰਬ ਰਹੇ ਮੇਰੇ ਤਾਂ ਨਿਊਯਾਰਕ ਦਾ ਏਅਰਪੋਰਟ ਪਾਗਲ ਹੋ ਗਿਆ ਨਿਊਯਾਰਕ ਦਾ ਏਅਰਪੋਰਟ ਹੈ ਚੈੱਕ ਅਮੈਰੀਕਨ ਏਅਰਲਾਈਨ ਨਿਊਯਾਰਕ ਦੇ ਏਅਰਪੋਰਟ ਤੇ ਦੇਖ ਸਕਦੇ ਹੋ ਸਾਡਾ ਇਕੱਲੇ ਦਾ ਹੀ ਰਹਿ ਗਿਆ ਨਾ ਉੱਥੇ ਟੈਚੀ ਟੈਚੀ ਸਾਡਾ ਇਕੱਲੇ ਦਾ ਹੀ ਰਹਿ ਗਿਆ ਨਾ ਉੱਥੇ ਆਹੋ ਲਗੇਜ ਵੀ ਕਲੈਕਟ ਕਰਨਾ ਆਪਾਂ ਦੇਖਾਂ ਵੀ ਕੋਸ਼ਿਸ਼ ਕਰੂੰਗਾ ਯਾਰ ਸ਼ਾਇਦ ਮੈਂ ਅੱਜ ਹੀ ਪਾ ਦਾਂ ਲੋਕ ਉੱਥੇ ਵਾਈਫਾਈ ਲੈ ਕੇ ਆਪਣਾ ਉੱਥੇ ਹੋਟਲ 'ਚ ਅੱਜ ਦਾ ਅੱਜ ਪਾ ਦਾਂਗੇ ਕੱਲ੍ਹ ਦਾ ਕੱਲ੍ਹ ਪਾ ਦਾਂਗੇ ਦੋ ਤਿੰਨ ਇਕੱਠੇ ਬਣਾ ਦੇਣੇ ਬਾਕੀ ਸ਼ੇਅਰ ਵਾਲਾ ਕੰਮ ਦੱਬ ਕੇ ਰੱਖਿਓ ਯਾਰ ਥੋੜ੍ਹਾ ਜਿਹਾ ਚੈਨਲ ਅਪ ਕਰੋ ਵੀਰ ਕਿਰਪਾ ਕਰੋ ਮਾੜੀ ਜੀ ਹਾਂ ਵੀ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੋਰ ਕੀ ਕਰਨਾ ਵੀਰ ਪੈਕੇਜ ਕਿੱਦਾਂ ਲੈ ਪਾਸੇ ਕਲੇਮ ਹੈ ਸਾਰਾ ਕੁਝ ਕਰਾ ਦਈ ਯਾਰ ਮਾੜਾ ਜਿਹਾ ਹਿੱਲਦਾ ਆ